ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੀ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਐਸੀ ਬੈਂਕ ਸ਼੍ਰੋਮਣੀ ਅਕਾਲੀ ਦਲ ਸਰਕਲ ਫਵਾੜਾ ਨੇ ਅੱਜ ਪਿੰਡ ਖਲਵਾੜਾ ਕਲੋਨੀ ਵਿਖੇ ਪੰਜਾਬ ਸਕਾਲਰਸ਼ਿਪ ਘੁਟਾਲਾ ਐਸੀ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਲਾਟੇ ਵਿੱਚ ਹੋਏ ਘਪਲੇ ਕਾਰਨ ਪੰਜਾਬ ਦੇ ਸਮਾਜ ਭਲਾਈ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। 64 ਕਰੋੜ ਦੇ ਹੋਏ ਘਪਲੇ ਦੀ ਜਾਂਚ CBI ਤੋਂ ਕਰਾਉਣ ਦੀ ਮੰਗ ਕੀਤੀ। ਘੁਟਾਲੇ ਵਿੱਚ ਸ਼ਾਮਲ ਅਧਿਕਾਰੀਆਂ ਖਿਲਾਫ਼ ਵੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਜਥੇਦਾਰ ਸਰਦਾਰ ਸਰਵਣ ਸਿੰਘ ਜੀ ਕਲਾਰ, ਜਥੇਦਾਰ ਸਰੂਪ ਸਿੰਘ ਜੀ ਖਲਵਾੜਾ, ਬਲਵੀਰ ਸਿੰਘ ਜੀ ਬਿੱਟੂ, ਪਰਮਿੰਦਰ ਸਿੰਘ, ਜੀਤ ਰਾਮ, ਅਨਿਲ ਕੁਮਾਰ, ਚਰਨਜੀ ਲਾਲ, ਬਿੱਲਾ ਖਲਵਾੜਾ, ਸਤਪਾਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਵੀਰੋ ਰਿਪੋਰਟ, ਤਹਿਲਕਾ ਪੰਜਾਬ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸੋਹਾ ਖਾ ਕੇ ਅੱਜ ਤੋਂ 3.5 ਸਾਲ ਪਹਿਲਾਂ ਸਰਕਾਰ ਬਣਾਈ ਸੀ, ਅੱਜ ਉਹਦਾ ਘੁਟਾਲੇ 'ਤੇ ਘੁਟਾਲਾ ਪ੍ਰਗਟ ਹੋ ਰਿਹਾ, ਜਿੱਥੇ ਸ਼ਰਾਬ ਦੇ ਘੁਟਾਲੇ ਨੇ 130 ਜਨ ਦੇ ਲਗਭਗ ਜਾਨਾਂ ਲਈਆਂ। ਉੱਥੇ ਸਾਡੇ ਸਭ ਤੋਂ ਜ਼ਰੂਰੀ ਆ ਐਜੂਕੇਸ਼ਨ, SC BC ਦੇ ਬੱਚਿਆਂ ਦੀ ਸਕੋਲਰਸ਼ਿਪ ਦੇ ਜਿਹੜੇ ਪੈਸੇ ਸੈਂਟਰ ਤੋਂ 309 ਕਰੋੜ ਆਏ ਹੋਏ ਉਹ ਇਹਨਾਂ ਨੇ ਵੰਡੇ ਨਹੀਂ, ਅਤੇ ਅੱਜ ਇਹਨਾਂ ਦੇ ਹੀ ਸੈਕਟਰੀਆਂ ਨੇ ਉਹ ਰਿਪੋਰਟ ਜਿਹੜੀ ਚੀਫ ਸੈਕਟਰੀ ਨੂੰ ਦਿੱਤੀ ਆ ਕਿ ਉਹਦੇ ਵਿੱਚੋਂ ਲਗਭਗ 65 ਕਰੋੜ ਰੁਪਈਆ ਉਹ ਘੁਟਾਲਾ ਹੋਇਆ ਹੈ, ਜਿਹਦੇ ਵਿੱਚ ਸਾਧੂ ਸਿੰਘ ਧਰਮਸੋਤ ਜੋ ਇਹਦਾ ਮੰਤਰੀ ਔਰ ਉਹਦੇ ਡਾਇਰੈਕਟਰ ਅਤੇ ਸਾਰੇ ਅਫਸਰ ਰਲੇ ਹੋਏ ਆ। ਇਹ ਰਿਪੋਰਟ ਕਿਤੇ ਪ੍ਰਾਈਵੇਟ ਕਿੱਦਾਂ ਪ੍ਰਾਈ ਪੋਲੀਟੀਕਲ ਪਾਰਟੀ ਨਹੀਂ ਦਿੱਤੀ, ਇਹ ਇਹਨਾਂ ਦੇ ਅਫਸਰਾਂ ਨੇ ਜਿਹੜੀ ਆ ਚੀਫ ਸੈਕਟਰੀ ਨੂੰ ਦਿੱਤੀ ਆ। ਸੋ ਇਸ ਕਰਕੇ ਅੱਜ ਉਹਦਾ ਪੁਤਲਾ ਸਾੜਿਆ ਗਿਆ ਔਰ ਅਸੀਂ ਇਨਸਾਫ ਮੰਗ ਕਰਦੇ ਹਾਂ ਵੀ ਜਿਹੜੇ SC BC ਸਕੋਲਰ ਜਿਹਨਾਂ ਬੱਚਿਆਂ ਦਾ ਭਵਿੱਖ ਬੜਾ ਖਰਾਬ ਹੋਇਆ, ਉਹ ਬਹੁਤ ਪਰੇਸ਼ਾਨ ਹੈ, ਉਹਨਾਂ ਦੇ ਦਾਖਲੇ ਨਹੀਂ ਹੋ ਸਕੇ, ਉਹਨਾਂ ਦਾ ਸਾਰਾ ਜਿਹੜਾ ਕੈਰੀਅਰ ਖਤਮ ਹੋ ਗਿਆ। ਇਸ ਕਰਕੇ ਇਹਨਾਂ ਨੂੰ ਹਾਲੇ ਵੀ ਇਹਨਾਂ ਨੂੰ ਤੁਰੰਤ ਇਹਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਔਰ ਇਹਦੀ ਇਨਕੁਆਇਰੀ ਜਿਹੜੀ CBI ਤੋਂ ਕਰਾ ਕੇ ਤਾਂ ਜੋ ਇਹ ਜਿਹੜੇ ਘੁਟਾਲੇ ਹੋਰ ਵੀ ਹੋਏ ਆ ਜਿਸ ਤਰ੍ਹਾਂ ਸ਼ਰਾਬ ਦਾ ਹੋਇਆ ਜਾਂ ਜਿੱਦਾਂ ਹਾਈ ਕੋਰਟ ਨੇ ਆਰਡਰ ਕੀਤਾ ਜਿਹੜੀ ਮਾਈਨਿੰਗ ਹੋਈ ਆ ਰੋਪੜ ਜ਼ਿਲ੍ਹੇ 'ਚ, ਉਹ ਵੀ ਅਸੀਂ ਚਾਹੁੰਦੇ ਵੀ ਸਾਰੇ ਪੰਜਾਬ ਦੇ ਵਿੱਚ ਹੋਵੇ, ਤਾਂ ਜੋ ਜਿੰਨੇ ਘੁਟਾਲੇ ਤਾਂ ਸਾਰੇ ਹੀ ਆਪ ਇਹਨਾਂ ਦੇ ਹੀ ਮੰਤਰੀ, ਇਹਨਾਂ ਦੇ ਹੀ MLA, ਇਹਨਾਂ ਦੇ ਪਾਰਲੀਮੈਂਟ ਦੇ ਮੈਂਬਰ ਉਹ ਕਹਿ ਰਹੇ ਆ ਕਿ 70 ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਔਰ ਅਫਸਰ ਸਾਰੇ ਰਲ ਕੇ ਕੰਮ ਕਰ ਰਹੇ ਆ। ਉਹ ਇਸ ਕਰਕੇ ਅਸੀਂ ਇਹ ਚੀਜ਼ ਦੀ ਮੰਗ ਕਰਦੇ ਹਾਂ ਵੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਤਾਂ ਜੋ ਉਹਦੀ ਸਹੀ ਇਨਕੁਆਇਰੀ ਹੋ ਕੇ ਜੋ ਵੀ ਘੁਟਾਲੇ ਹੋਏ ਆ ਉਹ ਸਾਰੇ ਇਹਨਾਂ ਤੋਂ ਰਿਕਵਰੀ ਕਰਕੇ ਉਹਨਾਂ ਬੱਚਿਆਂ ਦਾ ਭਵਿੱਖ ਜਿਹੜਾ ਉਜਲਾ ਕੀਤਾ ਜਾ ਜਿਨ੍ਹਾਂ ਦਾ ਫਿਊਚਰ ਇਸ ਵੇਲੇ ਹਨੇਰੇ 'ਚ ਆ। ਤੋ ਅਸੀਂ ਇਸ ਕਰਕੇ ਜਿੰਨਾ ਇਹਨਾਂ ਨੇ ਬਾਹਰਿਆਂ ਦੀ ਲਾਰੇ ਲਾਏ ਸੀ ਉਹ ਪੰਡਾਂ ਲੋਕਾਂ ਨੇ ਅੱਜ ਸਾਰੇ ਦੇਖ ਲਓ ਕਿਸ ਤਰ੍ਹਾਂ ਥਰਮਲ ਪਲਾਂਟ ਦੇ ਵਿੱਚ ਕਿੱਦਾਂ ਊੜ 'ਤੇ ਲੱਦ ਕੇ ਕਰਦੇ ਆ, ਹਰ ਇੱਕ ਵਰਗ ਅੱਜ ਇਹਨਾਂ ਤੋਂ ਦੁਖੀ ਆ। ਪਰ ਜਿਹੜਾ SC BC ਦੇ ਬੱਚਿਆਂ ਦਾ ਫਿਊਚਰ ਆ ਇਹ ਸਭ ਤੋਂ ਮੈਂ ਕਹਿੰਦਾ ਬਹੁਤ ਮਾੜੀ ਗੱਲ ਹੈ, ਜਿਹੜਾ ਇਹਨਾਂ ਦੇ ਪੈਸੇ ਵਿੱਚੋਂ ਅਮਾਨਤ ਵਿੱਚੋਂ ਖਿਆਨਤ ਕੀਤੀ ਆ ਉਹਦੀ ਤੁਰੰਤ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਖਲਵਾੜੇ ਵਿੱਚ ਸਾਧੂ ਸਿੰਘ ਧਰਮਸੋਤ ਜੋ SC BC ਭਲਾਈ ਮੰਤਰੀ ਹੈ ਜਿਹਦੇ ਡਿਪਾਰਟਮੈਂਟ ਨੇ 64 ਕਰੋੜ ਦਾ ਤਕਰੀਬਨ ਜਿਹੜਾ ਹੈਗਾ ਆ ਉਹ ਘੁਟਾਲਾ ਆ ਉਹ ਸਾਹਮਣੇ ਆਇਆ, ਅਤੇ ਅਸੀਂ ਇਸ ਗੱਲ ਦੇ ਵਿਰੋਧ ਵਿੱਚ ਇਸ ਦੁੱਖ ਵਿੱਚ ਕਿ ਸਾਡੇ SC ਸਮਾਜ ਦੇ BC ਸਮਾਜ ਦੇ ਬੱਚੇ ਜਿਹੜੇ ਆ ਉਹ ਲੱਖਾਂ ਬੱਚੇ ਜਿਹੜੇ ਆ ਉਹ ਦਾਖਲੇ ਤੋਂ ਰਹਿ ਗਏ ਆ, ਅਤੇ ਕਰੋੜਾਂ ਰੁਪਈਆ ਜਿਹੜਾ ਸੈਂਟਰ ਨੇ ਘੱਲਿਆ ਉਹ ਇਹਨਾਂ ਨੇ ਵੰਡਿਆ ਨਹੀਂ, ਉਹਦੀ ਦੁਰਵਰਤੋਂ ਕੀਤੀ ਹੈ। ਅੱਜ ਜਿਹੜਾ ਆ ਬਿੱਲੀ ਥੈਲਿਓਂ ਬਾਹਰ ਆ ਗਈ ਹੈ, ਉਹਨਾਂ ਦੇ ਡਿਪਾਰਟਮੈਂਟ ਨੇ ਹੀ ਕੈਪਟਨ ਦੀ ਸਰਕਾਰ ਨੇ ਹੀ ਜਿਹੜਾ ਫੈਸਲਾ ਦਿੱਤਾ ਆ ਕਿ 64 ਕਰੋੜ ਰੁਪਏ ਦੇ ਵਿੱਚ ਇਹ ਜਿਹੜਾ ਧਰਮ ਸਿੰਘ ਸਾਧੂ ਆ ਸਾਧੂ ਸਿੰਘ ਧਰਮਸੋਤ ਆ ਭਲਾਈ ਮੰਤਰੀ ਔਰ ਇਹਦੇ ਵਿੱਚ ਇਹਦਾ ਵੀ ਰੋਲ ਆ ਰਿਹਾ ਆ। ਇਸ ਕਰਕੇ ਅਸੀਂ ਸੈਂਟਰ ਸਰਕਾਰ ਤੋਂ ਮੰਗ ਕਰਦੇ ਹਾਂ, ਇਹ ਵੀ ਮੰਗ ਕਰਦੇ CBI ਤੋਂ ਵੀ ਮੰਗ ਕਰਦੇ ਹਾਂ ਕਿ ਇਹਦੀ ਜਿਹੜੀ ਜਾਂਚ ਹੈ ਉਹ CBI ਦੀ ਕੀਤੀ ਜਾਵੇ ਔਰ ਸੈਂਟਰ ਦਾ ਕੋਈ ਵਧੀਆ ਨੁਮਾਇੰਦਾ ਜਿਹੜਾ ਇਹਦੀ ਅਗਵਾਈ ਕਰੇ, ਜਿਹੜੀ ਸੈਂਟਰ ਦਾ ਪੈਸਾ ਆਇਆ ਆ ਇੱਕ ਇੱਕ ਪੈਸਾ ਗਰੀਬਾਂ ਵਿੱਚ ਵੰਡਿਆ ਜਾਵੇ, ਜਿਹੜੇ ਸਕਾਲਰਸ਼ਿਪ ਤੋਂ ਬੱਚੇ ਰਹਿ ਗਏ ਆ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਔਰ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਗੱਲ ਆ ਉਹ ਬੰਦ ਕੀਤੀ ਜਾਵੇ ਔਰ ਪੰਜਾਬ ਦੇ ਅਮਨ ਸ਼ਾਂਤੀ ਲਿਆਂਦੀ ਜਾਵੇ, ਧੱਕੇਸ਼ਾਹੀ ਜਿਹੜੀ ਹੈ ਉਹ ਬੰਦ ਕੀਤੀ ਜਾਵੇ। ਇਸ ਵਿਰੋਧ ਵਿੱਚ ਅਸੀਂ ਪਿੰਡ ਵਿੱਚ ਉਹਨਾਂ ਦਾ ਪੁਤਲਾ ਸਾੜ ਰਹੇ ਹਾਂ ਔਰ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਪੰਜਾਬ ਸਰਕਾਰ ਦਾ ਔਰ ਸੈਂਟਰ ਸਰਕਾਰ ਦਾ। ਇਹਦਾ ਇਹ ਜੋ ਸੈਂਟਰ ਸਰਕਾਰ ਦੇ
कले पैसे ये नहीं बंडे और एक कद हर गज कभी भी जो एससी समाज आ जोड़ा श्रोमी अकाली दल एससी वेंग आ एससी तो हो रहा जबर कभी भी बर्दाश्त नहीं करूँगा और यदा विरोध करूँगा कांग्रेस में चल जाया करूँगा। मांग करते हैं कि साहु संघ धर्म सूत्र बर्खास्त किया जाए यदि विभागी कार्रवाई की जाए। वाहगुरू जी का खालसा वाहगुरू जी की।